ਸੀ ਕਿਸੇ ਬੰਦੇ ਦਾ ਵਿਰੋਧ ਨਹੀਂ ਹੈ ਜਿਸ ਤਰੀਕੇ ਨਾਲ ਕੀਤਾ ਗਿਆ ਮੈਨੂੰ ਜਿੱਦਾਂ ਘਰ ਬੁਲਾ ਕੇ ਸੋਫੇ ਤੇ ਕਨਵੀਨਰ ਬਣਾਇਆ ਗਿਆ ਸੀ ਮੈਨੂੰ ਘਰ ਬੁਲਾਉਂਦੇ ਆਪਣੇ ਸੋਫੇ ਤੇ ਬਿਠਾ ਕੇ ਕਹਿੰਦੇ ਵੀ ਹੁਣ ਆਹ ਗੱਲ ਹੈ ਅਖਬਾਰਾਂ 'ਚ ਖਬਰਾਂ ਆ ਰਹੀਆਂ ਸੀ ਤੁਸੀਂ ਛਾਪ ਰਹੇ ਸੀ ਕਿ ਭਗਵੰਤ ਮਾਨ ਉਹਨਾਂ ਨੇ ਘਰੋਂ ਸਟਿੱਕਰ ਲਵਾ ਦਿੱਤੇ ਆਮ ਆਦਮੀ ਪਾਰਟੀ ਦੇ ਘਰ ਦੇ ਬਾਹਰੋਂ ਪੋਸਟਰ ਪਾੜ ਦਿੱਤੇ ਨੇ ਭਗਵੰਤ ਮਾਨ ਨੇ ਕਿਹਾ ਕਿ ਸਾਰੇ ਵਿਕਲਪ ਖੁੱਲ੍ਹੇ ਨੇ ਮੇਰੇ ਵਾਸਤੇ ਉਹ ਆਪਣੇ ਅਮੈਰੀਕਾ ਜਾ ਰਹੇ ਨੇ ਫਿਰ ਆਉਂਦਾ ਰਿਹਾ ਕਿ ਦਿੱਲੀ ਰੁਕ ਗਏ ਉਹਨਾਂ ਨੂੰ ਅਰਵਿੰਦ ਕੇਜਰੀਵਾਲ ਸਾਹਿਬ ਨੇ ਮਨਾ ਲਿਆ ਕੀ ਜਦੋਂ ਪ੍ਰਧਾਨ ਦੀ ਚੋਣ ਹੋਵੇ ਮੈਂ ਵਲੰਟੀਅਰ ਦੀ ਵਿੱਚ ਇੱਛਾ ਜਾਣਨੀ ਜ਼ਰੂਰੀ ਨਹੀਂ ਹੁੰਦੀ ਕਿ ਤੁਸੀਂ ਕਿਹਦੇ ਥੱਲੇ ਕੰਮ ਕਰਨਾ ਚਾਹੁੰਦੇ ਹੋ ਇਹਦੇ ਲਈ ਇਹ ਬਹੁਤ ਜ਼ਰੂਰੀ ਸੀਗਾ ਕਿ ਇਹਨਾਂ ਨੂੰ ਸ਼ਾਮਿਲ ਕੀਤਾ ਜਾਂਦਾ ਪ੍ਰਕਿਰਿਆ ਦੇ ਵਿੱਚ ਜਿਹਨੂੰ ਮਰਜ਼ੀ ਚੁਣ ਲਿਆ ਜਾਂਦਾ ਔਰ ਮੈਂ ਫਿਰ ਕਹਿਣਾ ਚਾਹਾਂਗਾ ਕਿ ਮੈਨੂੰ ਰਿਕੁਐਸਟ ਨਾਲ ਹੀ ਬਣਾਇਆ ਗਿਆ ਸੀ ਅਤੇ ਮੈਨੂੰ ਆਰਡਰ ਕਰਕੇ ਕਹਿ ਦਿੰਦੇ ਕਿ ਭਾਈ ਸਾਹਿਬ ਛੱਡ ਦਿਉ ਔਰ ਜੋ ਕੰਮ ਮੈਂ ਪਾਰਟੀ ਦੇ ਲਈ ਕੀਤਾ ਪਾਰਟੀ ਨੂੰ ਪਤਾ ਉਸ ਤੋਂ ਬਾਅਦ ਪਾਰਟੀ ਨੂੰ ਜਿਵੇਂ ਮੈਂ ਜੋੜ ਕੇ ਰੱਖਿਆ ਪਾਰਟੀ 'ਚ ਮੈਂ ਬੰਦੇ ਲਿਆਂਦੇ ਹੀ ਨੇ ਵੱਡੇ ਤੋਂ ਵੱਡੇ ਨੇਤਾ ਜਿਹੜੇ ਅੱਜ ਦੂਜੀਆਂ ਪਾਰਟੀਆਂ 'ਚ ਜਾ ਕੇ ਮਿਨਿਸਟਰ ਬਣੇ ਹੋਏ ਨੇ ਮੈਂ ਮੀਟਿੰਗਸ ਕਰਾਉਂਦਾ ਰਿਹਾ ਫਿਰ ਉਸ ਤੋਂ ਬਾਅਦ ਅਗਲਾ ਆ ਜਾਏਗਾ ਪ੍ਰਧਾਨ ਰਹਿਣ ਦਾ ਜਾਂ ਛੱਡਣ ਦਾ ਨਹੀਂ ਮੈਨੂੰ ਧੋਖੇ ਦਾ ਪ੍ਰਕਿਰਿਆ ਦਾ ਜ਼ਰੂਰ ਦੁੱਖ ਹੈ ਕਿ ਪ੍ਰਕਿਰਿਆ ਸਹੀ ਨਹੀਂ ਹੋਈ ਮੈਂ ਇਹਨਾਂ ਨੂੰ ਕਹਿੰਦਾ ਰਿਹਾ ਕਿ ਮੈਨੂੰ ਸੁੱਚਾ ਸਿੰਘ ਛੋਟੇਪੁਰ ਵਾਲੀ ਵੀਡੀਓ ਦਿਖਾਓ ਮੈਨੂੰ ਅਫਸੋਸ ਹੈ ਕਿ ਮੇਰੇ ਪਰਸੋਂ ਤੱਕ ਪ੍ਰਧਾਨ ਰਹਿਣ ਤੱਕ ਇਹਨਾਂ ਨੇ ਮੈਨੂੰ ਉਹ ਵੀਡੀਓ ਨਹੀਂ ਦਿਖਾਈ ਮੈਨੂੰ ਮੀਡੀਆ ਪੁੱਛਦਾ ਸੀ ਮੈਂ ਤੁਹਾਡੇ ਅੱਗੇ ਜਵਾਬ ਨਹੀਂ ਸੀ ਦੇ ਸਕਦਾ ਮੈਂ ਇਹੀ ਕਹਿੰਦਾ ਸੀ ਕਿ ਮੈਂ ਖੁਦ ਤਾਂ ਨਹੀਂ ਦੇਖੀ ਪਰ ਮੈਨੂੰ ਪਤਾ ਕਿ ਕਹਿ ਰਹੇ ਨੇ ਕਿ ਹੈਗੀ ਹੈ ਜਦਕਿ ਮੇਰਾ ਹੱਕ ਬਣਦਾ ਸੀ ਜੇ ਉਹ ਵੀਡੀਓ ਹੈਗੀ ਤਾਂ ਮੈਨੂੰ ਦਿਖਾਈ ਜਾਏ ਮੈਨੂੰ ਉਹ ਨਹੀਂ ਦਿਖਾਈ ਗਈ ਮੈਂ ਉਹਦਾ ਵਿਰੋਧ ਕਰਦਾ ਸੀ ਇਹਨਾਂ ਨੂੰ ਮੈਂ ਤਾਂ ਬੁਰਾ ਲੱਗਦਾ ਸੀ ਹੁਣ ਮੈਂ ਕਿਹੜੀ ਗੱਲ ਤੋਂ ਇਹਨਾਂ ਨੂੰ ਬੁਰਾ ਲੱਗ ਰਿਹਾ ਸੀ ਕਿ ਜਿੱਦਣ 11 ਮਾਰਚ ਨੂੰ ਸਾਡੀ ਪਾਰਟੀ ਹਾਰੀ ਹੈ ਸਾਡੀ ਸਰਕਾਰ ਨਹੀਂ ਬਣੀ ਮੈਨੂੰ ਲਗਾਤਾਰ ਪ੍ਰੈਸ਼ਰ ਪਾਇਆ ਜਾ ਰਿਹਾ ਸੀ ਕਿ ਤੁਸੀਂ ਦਿੱਲੀ ਆਓ MCD ਇਲੈਕਸ਼ਨ 'ਚ ਹਿੱਸਾ ਲਓ ਆ ਕੇ ਉੱਥੇ ਲੋਕਾਂ ਨੂੰ ਪ੍ਰਚਾਰ ਕਰੋ ਮੈਨੂੰ ਕਿਹਾ ਜਾ ਰਿਹਾ ਸੀ ਕਿ ਤੁਸੀਂ ਰਜੌਰੀ ਗਾਰਡਨ ਆ ਕੇ ਇਲੈਕਸ਼ਨ ਕੰਪੇਨ 'ਚ ਹਿੱਸਾ ਲਓ ਮੈਂ ਹੱਥ ਜੋੜ ਦਿੱਤੇ ਸੀ ਕਿ ਇੱਥੇ ਲੋਕ ਮੇਰੀ ਜਾਨ ਖਾ ਰਹੇ ਨੇ 11 ਮਾਰਚ ਦਾ ਰਿਜ਼ਲਟ ਆਇਆ ਹੋਇਆ ਜਦੋਂ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਹਰ ਮਹੀਨੇ ਦੇ ਵਿੱਚ 5 ਵਾਰੀ ਪੰਜਾਬ ਆ ਸਕਦੇ ਸੀ ਇਲੈਕਸ਼ਨਾਂ ਤੋਂ ਪਹਿਲਾਂ ਅਤੇ ਹੁਣ 2 ਮਹੀਨੇ ਹੋ ਚੱਲੇ ਨੇ 5 ਮਿੰਟ ਲਈ ਵੀ ਆਉਣ 'ਚ ਕੀ ਦਿੱਕਤ ਹੈ ਮੈਂ ਵਾਰ ਵਾਰ ਮੈਂ ਅੜਿਆ ਸੀ ਇਸ ਗੱਲ 'ਤੇ ਬਜ਼ਿੱਦ ਸੀ ਕਿ ਸਾਡੇ ਉਹ ਲੀਡਰ ਜਿਹੜੇ ਇੱਥੇ ਚਲਾਉਂਦੇ ਰਹੇ ਨੇ ਪੰਜਾਬ ਨੂੰ ਸੰਜੇ ਸਿੰਘ ਜੀ ਦੁਰਗੇਸ਼ ਹੁਣੀ ਔਰ ਅਰਵਿੰਦ ਜੀ ਉਹ ਇੱਕ ਵਾਰੀ ਆ ਕੇ ਲੋਕਾਂ ਨੂੰ ਮਿਲਣ ਵਲੰਟੀਅਰ ਦਾ ਮਨੋਬਲ ਉੱਚਾ ਕਰਨ ਲੋਕ ਸਾਨੂੰ ਸਵਾਲ ਪੁੱਛਦੇ ਨੇ ਅਸੀਂ ਨਹੀਂ ਦੱਸ ਸਕਦੇ ਸਾਨੂੰ ਪਾਰਟੀ ਲਾਈਨ ਦੱਸੋ ਮੈਨੂੰ ਇਹ ਕਿਹਾ ਗਿਆ ਸੀ ਕਿ MCD ਇਲੈਕਸ਼ਨ ਤੋਂ ਬਾਅਦ ਆ ਜਾਵਾਂਗੇ ਅੱਜ ਉਸ ਚੀਜ਼ ਨੂੰ ਵੀ 10 ਦਿਨ ਹੋ ਗਏ ਸੀ ਜਦੋਂ ਕੋਈ ਨਹੀਂ ਆ ਰਿਹਾ ਮੇਰਾ ਵਿਰੋਧ ਤੇਜ਼ ਹੋ ਰਿਹਾ ਸੀ ਉਹ ਨਹੀਂ ਦੱਸਿਆ ਇਹਨਾਂ ਨੇ ਮੈਂ ਚਾਹੁੰਦਾ ਸੀ ਕਿਸੇ ਸਿਆਣੇ ਬੰਦੇ ਹੱਥ ਪਾਰਟੀ ਹੋਵੇ ਮੈਂ ਵਿਹਲਾ ਹੋਵਾਂ ਪਰ ਫਾਈਨਲੀ ਇਹਨਾਂ ਨੇ ਤੱਤ ਫੜੱਤ ਦੇ ਵਿੱਚ ਜੋ ਅਖਬਾਰਾਂ 'ਚ ਆ ਰਿਹਾ ਸੀ ਇਹ ਡਿਸੀਜਨ ਲਿਆ ਚੋਣ ਪ੍ਰਕਿਰਿਆ ਖਰਾਬ ਸੀ ਔਰ ਅੱਜ ਮੇਰਾ ਮਨ ਇਸ ਗੱਲ ਤੋਂ ਬਹੁਤ ਖਰਾਬ ਹੈ ਕਿ ਮੈਨੂੰ ਅੱਜ ਫੋਰਸ ਕੀਤਾ ਜਾ ਰਿਹਾ ਕਿ ਮੈਂ ਉਸ ਬੰਦੇ ਦੀ ਲੀਡਰਸ਼ਿਪ ਦੇ ਥੱਲੇ ਕੰਮ ਕਰਾਂ ਉਸ ਬੰਦੇ ਦੀ ਪ੍ਰਧਾਨਗੀ ਦੇ ਥੱਲੇ ਕੰਮ ਕਰਾਂ ਜਿਹਨੂੰ ਪਾਰਟੀ ਖੁਦ ਇਹ ਕਹਿ ਕੇ ਪ੍ਰਧਾਨ ਬਣਾ ਰਹੀ ਹੈ ਭਈ ਤੁਹਾਨੂੰ ਪ੍ਰਧਾਨ ਬਣਾ ਦਿੱਤਾ ਪਰ ਅੱਜ ਤੋਂ ਬਾਅਦ ਸ਼ਰਾਬ ਛੱਡ ਦਿਓ ਇਹ ਸ਼ਰਤ ਰੱਖੀ ਗਈ ਆ ਗਿਆ ਅਖਬਾਰਾਂ 'ਚ ਪੜ੍ਹਿਆ ਤੁਸੀਂ ਸਾਰਿਆਂ ਨੇ ਇਸ ਸ਼ਰਤ ਦੇ ਨਾਲ ਪ੍ਰਧਾਨ ਬਣਾਇਆ ਗਿਆ ਕਿ ਤੁਸੀਂ ਪ੍ਰਧਾਨ ਤੁਹਾਨੂੰ ਬਣਾ ਤਾਂ ਸ਼ਰਾਬ ਛੱਡ ਦਿਓ ਔਰ ਉਹ ਵੀ ਕਮਿਟ ਕਰ ਰਹੇ ਨੇ ਕਿ ਮੈਂ ਵਾਅਦਾ ਕਰਦਾ ਕਿ ਜੇ ਮੈਂ ਦੁਬਾਰਾ ਇੱਦਾਂ ਦਾ ਕੰਮ ਕਰਾਂ ਤਾਂ ਮੈਨੂੰ ਪ੍ਰਧਾਨਗੀ ਤੋਂ ਲਾਹ ਦਿਓ ਇਹ ਕੋਈ ਮੈਚਿਓਰ ਡਿਸੀਜਨ ਨਹੀਂ ਇੱਦਾਂ ਦੇ ਹੁੰਦੇ ਜੇ ਤੁਸੀਂ ਇਹੀ ਕੰਮ ਕਰਨਾ ਸੀ ਉਹਨਾਂ ਨੂੰ ਅੰਦਰ ਵੜ ਕੇ ਸੋਫੇ 'ਤੇ ਬਿਠਾ ਕੇ ਸਮਝਾ ਦਿੰਦੇ ਕਿ ਭਾਈ ਇਹ ਹਰਕਤਾਂ ਬੰਦ ਦਾਰੂ ਦੂਰੂ ਆਪਾਂ ਕੰਮ ਨਹੀਂ ਕਰਨਾ ਅਤੇ ਤੁਹਾਨੂੰ ਪ੍ਰਧਾਨ ਬਣਾਉਣ ਲੱਗੇ ਹਾਂ ਪਰਿਆ ਦੇ ਵਿੱਚ ਪਬਲਿਕ 'ਚ ਬਹਿ ਕੇ 47 ਬੰਦਿਆਂ 'ਚ ਕਰਨ ਵਾਲੀ ਗੱਲ ਨਹੀਂ ਹੁੰਦੀ ਅਤੇ ਸਾਨੂੰ ਜਿੱਦਾਂ ਲੋਕਾਂ ਨੂੰ ਉਦੋਂ ਕਿਹੜੀ ਵੋਟਿੰਗ ਕਰਾਈ ਸੀ ਵੀ ਗੁਰਪ੍ਰੀਤ ਵੜੈਚ ਨੂੰ ਪ੍ਰਧਾਨ ਬਣਾਉਣ ਲੱਗੀਆਂ TV 'ਤੇ ਦੱਸਿਆ ਸੀ ਨਾ TV 'ਤੇ ਦੱਸ ਦਿੰਦੇ ਵੀ ਗੁਰਪ੍ਰੀਤ ਵੜੈਚ ਨੂੰ ਹਟਾ ਕੇ ਅਤੇ ਭਗਵੰਤ ਮਾਨ ਨੂੰ ਬਣਾ ਦਿੱਤਾ ਕਿ ਗੱਲ ਖਤਮ ਹੋ ਜਾਂਦੀ ਪਰ ਮੇਰੇ ਲਈ ਇਹ ਔਖਾ ਹੈ ਕਿ ਮੈਂ ਉਸ ਲੀਡਰਸ਼ਿਪ ਥੱਲੇ ਕੰਮ ਕਰਾਂ ਜਿਹਦੇ 'ਤੇ ਪਾਰਟੀ ਨੂੰ ਹੀ ਸ਼ੱਕ ਹੈ ਕਿ ਕੱਲ੍ਹ ਨੂੰ ਜੇ ਇਹਨਾਂ ਨੇ ਫਿਰ ਸ਼ਰਾਬ ਪੀਤੀ ਤਾਂ ਪਾਰਟੀ 'ਚੋਂ ਹਟਾ ਦਿੱਤਾ ਜਾਏਗਾ ਪ੍ਰਧਾਨਗੀ ਤੋਂ ਹਟਾ ਦਿੱਤਾ ਜਾਏਗਾ ਸੋਰੀ ਅਤੇ ਫਿਰ ਅੱਜ ਹੀ ਮੇਰੇ ਲਈ ਉਸ ਲੀਡਰਸ਼ਿਪ ਥੱਲੇ ਕੰਮ ਕਰਨਾ ਔਖਾ ਔਰ ਮੈਂ ਆਪਣੀ ਬੜੇ ਭਰੇ ਮਨ ਦੇ ਨਾਲ ਕਿਉਂਕਿ ਮੇਰੇ ਕੋਲ ਸਾਰੀਆਂ ਵਿਕਲਪ ਖੁੱਲ੍ਹੇ ਸਨ ਹਰ ਪਾਰਟੀ ਮੈਨੂੰ ਪਿਆਰ ਕਰਦੀ ਸੀ ਮੈਂ ਪੰਜਾਬ ਦਾ ਹਰਮਨ ਪਿਆਰਾ ਇੱਕ ਕਲਾਕਾਰ ਵੀ ਸੀ ਪਰ ਮੈਂ ਆਪਣੀ ਜ਼ਿੰਦਗੀ ਆਪਣਾ ਕਰੀਅਰ ਆਪਣੀ ਫੈਮਿਲੀ ਆਪਣੀਆਂ ਸੁੱਖ ਸਹੂਲਤਾਂ ਆਪਣਾ ਸਾਰਾ ਕੁਝ ਅਰਪਿਤ ਕਰ ਦਿੱਤਾ ਸੀ ਇਸ ਪਾਰਟੀ ਦੇ ਚਰਨਾਂ ਦੇ ਵਿੱਚ ਕਿ ਮੈਨੂੰ ਕੁਛ ਨਹੀਂ ਚਾਹੀਦਾ ਘੱਟੋ ਘੱਟ ਪੰਜਾਬ ਬਚਣਾ ਚਾਹੀਦਾ ਪੰਜਾਬ ਲਈ ਚੰਗਾ ਕੰਮ ਕਰਨ ਵਾਲੇ ਲੋਕ ਅੱਗੇ ਆਉਣੇ ਚਾਹੀਦੇ ਨੇ ਮੈਨੂੰ ਕੁਛ ਨਹੀਂ ਚਾਹੀਦਾ ਮੈਂ ਆਪਣਾ ਭਰਿਆ ਉਦਣ ਵੀ ਇੱਥੇ ਬਹਿ ਕੇ ਤੁਹਾਨੂੰ ਦੱਸਿਆ ਸੀ ਮੈਂ ਸਾਲ ਪਹਿਲਾਂ ਕਿ ਮੇਰੀਆਂ ਪਿਛਲੇ ਸਾਲ 8 ਫਿਲਮਾਂ ਰਿਲੀਜ਼ ਹੋਈਆਂ
मैं कोई वेला कलाकार नहीं सी। मेरी 11 मार्च नू जे अरदास रिलीज हुई सी तां 30 दिसंबर नू फिल्म रिलीज हुई है मेरी। मैं मेरा लगातार काम ग्राफिक चल रहा सी फिल्मां दा। उस तो बाद मेरी फिल्मां च ब्रेक लगी क्योंकि मैं काम करना बंद करता सी। पर मैं सारा कुछ छड्डण नू तैयार सी, पार्टी पंजाब लई काम करना चाहुंदी। पर अज जो हालात देख रहे हैं, मैं वॉलंटियर्स तो पंजाब देख के एक वॉलंटियर तो माफ़ी मांगदा कि शायद तुहाडी गल मैं उपर तक पहुँचा। तो मैं बस अज इन्नी बेनती करता हो लास्ट से कहूँगा कि बड़े चावान नाल मैं पार्टी ज्वाइन की सी और बड़े भरे मन नाल अज मैं आम आदमी पार्टी तो अस्तीफा दे रहा, मुढ़ली मैंबरशिप तो अस्तीफा दे रहा। मैं पंजाब लई, पंजाबी लई, पंजाबीयत लई जिथे जिथे खड़ना पएगा, जो जो करना पएगा, मैं कॉन्टीन्यू करांगा, करता रहांगा। पर हुणे पार्टी जिहड़ी सिद्धांतां तो भटकदी नज़र आ रही है, वो रह के होर ज़्यादा काम करना मेरे लिए बहुत मुश्किल होएगा।